फाड़ूगी, ऐलान कर दिया काल तख्त, जेलों भर देंगे सारियां। ए पुलिस ने दिक्कत दा साथ दिता, ए भगवंत मान दे उन्हां नूं पीट लाया। पाजला किथे भज्जा जांदा ई, चुक लै किन्नियां नूं चुकेगा, डरदे नहीं आई दर्द बाणे पाए। ओ साडा इतिहास बोलो, केड़ा सिख अजे तक गाड़ी ला के भज्जा। जदों तों हिंदुस्तान आजाद होया, सिखां नूं गुलामी दा एहसास कराया जा रहा है। भगवंत सीआरपी मंगा के साडे नौजवान जेलों में सुटे ले। अंग्रेजां दी चाल चलण दियां, फुट पाओ राज करो, फुट पा के राज करण दियां सारी जनता दे फुट पा के। बीते कल श्री अकाल तख्त साहिब ते जथेदार श्री अकाल तख्त साहिब वालों एक वड्डी विचार चर्चा की गई, जिस दे विच के वख-वख सिख जथेबंदियां अते संपर्दावां दे आगुआं ने शमूलियत की, तां दूजे पासे वड्डी गिनती दे विच श्री अकाल तख्त साहिब ते संगतां दे वल्लों पहुंच के पंजाब सरकार दे खिलाफ जम के नारेबाजी की गई। दस दिए कि वड्डी गिनती दे विच संगतां भाई अमृतपाल सिंह दे हक दे विच पहुंचियां अते पंजाब सरकार दे खिलाफ जम के नारेबाजी की गई। इस दौरान श्री अकाल तख्त साहिब ते पहुंचियां संगतां दा ए वी कहना है कि भाई अमृतपाल सिंह पंजाब दे नौजवानां नूं नशियां तों दूर करके सिखी नाल जोड़ रहा सी, जो कि सरकारां नूं बर्दाश्त नहीं होया, जिस करके उन्हां वल्लों भाई अमृतपाल सिंह नूं गिरफ्तार किया जा रहा है। ते संगतां ने ए वी कहा कि अमृतपाल सिंह पुलिस दी गिरफ्त दे विच ही है अते सरकारां ते पुलिस जानबूझ के संगतां नूं गुमराह कर रहियां ने। असीं सरकार नूं रोणा चाहुंदे आ, पुछड़ सरकार नूं रोणा चाहुंदे आ, सानूं भाई साहब दसण किथे आ, इहनां उदन दा फड़िया, इह ड्रामेबाजियां की करदे पए आ, उहदे हुलिए चेंज करके साडे सिखां नूं बदनाम करन डए आ, वी आ सिख भजदे नहीं आ, ना इह बाणे पाउंदे आ, जिहो जिहे उहनूं हालातां च विखालण डए आ। ਇਹ ਇੰਨੀ ਨਕੰਮੀ ਸਰਕਾਰ ਆ, ਇਹ ਕੇਜਰੀਵਾਲ ਪਹਿਲਾਂ ਹੀ ਪਤਾ ਸੀ ਭਗਵੰਤ ਮਾਨ ਦੇ ਵੱਸ 'ਚ ਕੁਛ ਨਹੀਂ ਹੈਗਾ, ਗੰਦੇ ਦੇ 'ਚ ਇਹਨੇ ਕਿਉਂ, ਇਹ ਵੇਖੋ ਕਿੱਦਾਂ ਦੇ ਬਿਆਨ ਆਉਣ ਡੇ ਸਾਡੇ ਸਿੱਖਾਂ ਵਾਸਤੇ। ਸਾਡੇ ਬੱਚੇ ਬਾਹਰ ਰੋਣ ਡੇ, ਉਹਨਾਂ ਨੇ ਅੱਜ ਪੰਜਾਬ 'ਚ ਨਹੀਂ ਆਉਣਾ, ਅਸੀਂ ਸਾਡੀਆਂ ਤਾਂ ਇੱਥੇ ਅਰਥੀਆਂ ਵੀ ਨਹੀਂ ਆਉਣੀਆਂ, ਸਾਡੀਆਂ ਹੱਡੀਆਂ ਵੀ ਨਹੀਂ ਆਉਣੀਆਂ, ਇਹ ਤਾਂ ਰਹਿਣਾ ਹੀ ਨਹੀਂ ਕੋਈ। ਜਿਹੜੇ ਮੈਂ ਆਪ ਹਿੰਦੂ ਪਰਿਵਾਰਾਂ ਦੀਆਂ ਦੋ ਤਿੰਨ ਮੇਰਾ ਇੰਟਰਵਿਊ ਵੇਖਣ ਡਈ ਹਾਂ, ਇੰਨੇ ਸੋਹਣੇ ਇੰਟਰਵਿਊ ਦੇਣ ਡਏ ਆ, ਉਹ ਕਹਿੰਦੇ ਜਿੱਦਾਂ ਭਾਈ ਸਾਹਿਬ ਉੱਠਿਆ ਸੀ, ਸਾਨੂੰ ਵੀ ਸਾਡੇ ਹਿੰਦੂ ਪਰਿਵਾਰਾਂ ਵਿੱਚ ਵੀ ਇਹੋ ਜਿਹਾ ਯੋਧਾ ਉੱਠੇ, ਕਿੰਨੇ ਇਹੋ ਜਿਹਾ ਯੋਧਾ ਉੱਠੇ ਤੇ ਆਪਣੇ ਧਰਮ ਨੂੰ ਉਹ ਉੱਚਾ ਲਿਆ ਕੇ ਜਾਏ। ਦੱਸੋ ਭਾਈ ਸਾਹਿਬ ਦੀ ਗਲਤੀ ਕੀ, 5 ਮਹੀਨਿਆਂ ਦੇ ਵਿੱਚ ਉਹਨੂੰ ਕਿੰਨਾ ਬਦਨਾਮ ਕਰ ਦਿੱਤਾ। ਇਹ ਸਾਰੇ ਜਿੰਨੇ ਜਥੇਬੰਦੀਆਂ ਵਾ, ਮੈਂ 2-4 ਦੇ ਇੱਥੇ ਬਿਆਨ ਵੇਖ ਲਏ ਆ, ਪੁੱਛਿਆ ਕਿ ਤੁਸੀਂ ਪ੍ਰਵਖੜੋ ਬਾਹਰ ਨਿਕਲੋ, ਉਹ ਕਹਿੰਦੇ ਉਹ ਤਾਂ ਕਿਸੇ ਨਾਲ ਰਲ ਕੇ ਕੰਮ ਹੀ ਨਹੀਂ ਰਲਦਾ, ਤੁਹਾਡੀਆਂ ਨੀਤੀਆਂ ਨਾਲ ਗੰਦੀਆਂ ਨਾਲ ਰਲਦਾ ਤੇ ਫਿਰ ਹੀ ਤੁਹਾਡੇ ਨਾਲ ਰਲਦਾ ਨਾ, ਉਹ ਨਹੀਂ ਰਲਿਆ ਕਿਸੇ ਨਾਲ, ਨਹੀਂ ਰਲਿਆ। ਮੈਂ ਅੱਜ ਸੁਣਿਆ 2-3 ਦੇ ਬਿਆਨ, ਮੈਂ ਉਹਨਾਂ ਦੇ ਗਾੜੀ ਬੇਨਤੀ ਕੀਤੀ ਵੀ ਬਾਹਰ ਕੱਢੋ ਸਾਰੀ ਸੰਗਤ ਨੂੰ, ਉਹ ਕਹਿੰਦੇ ਰਲਦਾ ਹੀ ਨਹੀਂ ਕਿਸੇ ਨਾਲ, ਰਲਣਾ ਜਿਹਨੇ ਸੱਚ ਬੋਲਣਾ, ਸੰਤ ਜਰਨੈਲ ਸਿੰਘ ਰਲਿਆ ਸੀ ਕਿਸੇ ਨਾਲ, ਸੰਤ ਜਰਨੈਲ ਸਿੰਘ ਰਲਿਆ ਸੀ। ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਭਾਈ ਸਾਹਿਬ ਨੂੰ ਦੇਣ, ਜਿੰਨੇ ਵੀ ਇਹ ਸਾਨੂੰ 11 ਸਿੰਘ ਕਹਿੰਦੇ, ਇਹ ਤਾਂ ਸਾਡੀ ਕੌਮ ਨੂੰ ਚੁੱਕ ਚੁੱਕ ਕੇ ਅੰਦਰਾਂ 'ਚ ਇਹਨਾਂ ਨੇ ਕਰ ਲਿਆ, ਸਾਡੇ ਬੱਚੇ ਅੰਦਰ ਕਰ ਲਿਆ ਡੁਪਲੀਕੇਟ। ਅਸੀਂ ਉਹਨਾਂ ਨੂੰ ਮਿਲਦੇ ਸੀ, ਸਾਨੂੰ ਪਤਾ, ਅਸੀਂ ਮੈਂ ਉਹਨੂੰ ਜਨਮ ਨਹੀਂ ਦਿੱਤਾ, ਅਸੀਂ ਇੱਦਾਂ ਵੀ ਹੀਰ 'ਚ ਹੀ ਮਿਲੇ ਹਾਂ, 2-4 ਵਾਰੀ ਮਿਲੇ ਹਾਂ, ਸਾਨੂੰ ਪਤਾ ਕਿ ਉਹ ਕਿਹੋ ਜਿਹਾ ਸੂਰਮਾ ਉੱਠਿਆ ਸੀ। ਜੇ ਤਾਂ ਰਲ ਜਾਂਦਾ ਇਹਨਾਂ ਦੇ ਨਾਲ, ਫਿਰ ਤਾਂ ਪਤਾ ਸੀ ਕਿ ਜਿੱਦਾਂ ਇਹ ਕਹਿੰਦੇ ਸੀ ਨਾਚ ਨਚਾਉਂਦੇ, ਉਹ ਨਹੀਂ ਨੱਚਿਆ, ਇਸ ਕਰਕੇ ਉਹ ਬਦਨਾਮ ਹੋ ਗਿਆ। ਦੀਪ ਸਿੱਧੂ ਦੀਆਂ ਗੱਲਾਂ ਅੱਜ ਸੱਚੀਆਂ ਹੋਣ ਡੀਆਂ ਨਾ, ਜੋ ਸੱਚੀਆਂ ਹੋਣ ਡੀਆਂ ਨਾ, ਅਤੇ ਭਾਈ ਸਾਹਿਬ ਨੇ ਸਾਡੇ ਰਿਸ਼ਤੇਦਾਰਾਂ ਦੇ ਉੱਥੇ ਪਿੰਡ ਸਮਾਗਮ ਉਦਣ ਦੱਸਤਾ ਸੀ ਕਿ ਮੇਰੀ ਮੌਤ ਹੋਣੀ ਜੇ, ਉਦਣ ਹੀ ਜਿੱਦਣ ਇੱਥੇ ਆਪਣਾ ਪਿੰਡ ਆ, ਮੈਨੂੰ ਹੁਣ ਦਿਮਾਗ 'ਚ ਇਸ ਵੇਲੇ ਅੰਮ੍ਰਿਤਸਰ ਜਿੱਦਣ ਉਹ ਕੀ ਮੈਨੂੰ ਚੇਤਾ ਦਿਮਾਗ 'ਚ ਨਹੀਂ, ਲਾਗੇ ਹੀ ਪਿੰਡ ਆ, ਉੱਥੇ ਉਦਣ ਦੱਸ ਕੇ ਗਏ ਆ ਕਿ ਮੇਰੀ ਮੌਤ ਹੋਣੀ ਜੇ, ਹੁਣ ਇਹਨਾਂ ਮੈਨੂੰ ਚੁੱਕਣਾ ਜੇ, ਅਗਲੇ ਦਿਨ ਹੀ ਵਹੀਰ ਜਾਣੀ, ਅਗਲੇ ਦਿਨ ਹੀ ਚੁੱਕ ਲਿਆ ਵਾ।
अंदर जेलां च लै जाण। सानू अमृतपाल चाहिदा, भाई साहब दे नाल जिन्ने बच्चे आ ਉਹ ਸਾਰੇ ਚਾਹੀਦੇ ਆ। ਵੇਖੋ ਤੁਸੀਂ 11 ਛਡਾਉਂਦੇ ਆ ਜੀ, ਤੁਸੀਂ ਤਾਂ ਸਾਰੇ ਚੁੱਕ ਹੀ ਜਾਣ ਦੇ ਆ ਜੀ। ਕਿਹਦਾ ਕਿਹਦਾ ਇਨਸਾਫ ਲਵਾਂਗੇ? ਸਾਰੇ ਰਲ ਮਿਲ ਕੇ ਰਹਿਣ ਦੇ ਆ, ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਭਰਾ ਭਰਾ ਸਮਝ ਕੇ ਰਹਿਣ ਦੇ। ਕੋਹਾਂ ਕਿਸੇ ਲੜਾਈ ਹੁੰਦੀ ਹੋਵੇ, ਅਸੀਂ ਬੜੇ ਪਿਆਰ ਨਾਲ ਰਹਿਣ ਦੇ ਸਾਰੀ ਜਨਤਾ। ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਫੁੱਟ ਪਾ ਰਹੀਆਂ, ਅੰਗਰੇਜ਼ਾਂ ਵਾਲੀ ਚਾਲ ਚੱਲਣ ਦੀਆਂ, ਫੁੱਟ ਪਾਓ ਰਾਜ ਕਰੋ, ਫੁੱਟ ਪਾ ਕੇ ਰਾਜ ਕਰਨ ਦੀਆਂ ਸਾਰੀ ਜਨਤਾ ਦੇ ਫੁੱਟ ਪਾ ਕੇ। ਸਾਡਾ ਕੋਈ ਕਿਸੇ ਨਾਲ ਵੈਰ ਨਹੀਂ ਹੈਗਾ, ਸਾਡਾ ਇਨਸਾਨੀਅਤ ਦੀ ਲੜਾਈ, ਇਨਸਾਨੀਅਤ ਸਾਡੀ ਜ਼ਮੀਰ ਜਾਗੇ। ਸਰਕਾਰਾਂ ਜ਼ਮੀਰਾਂ ਮਰ ਗਈਆਂ ਸਰਕਾਰਾਂ ਦੀਆਂ। ਅੰਮ੍ਰਿਤਪਾਲ ਜਿੰਦਾਬਾਦ, ਅੰਮ੍ਰਿਤਪਾਲ ਜਿੰਦਾਬਾਦ, ਅੰਮ੍ਰਿਤਪਾਲ ਜਿੰਦਾਬਾਦ।